ਕਾਲਖ ਧੋਵੈ ਗੁਰ ਨਾਨਦ ਦਰਿਆਉ ਜਨਮ ਹਮ ਕਾਲਖ ਧੋਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਬਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਦੀਨ ਦਿਆਲ ਸਤਿਗੁਰੂ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਪਵਿੱਤਰ ਚਰਨਾਂ ਦੇ ਨਾਲ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ ਜੋ ਮਹਾਪੁਰਸ਼ਾਂ ਦੇ ਪਵਿੱਤਰ ਯਾਦ ਨੂੰ ਮਨਾਉਣ ਦੇ ਲਈ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ। ਵੱਡਿਆਂ ਭਾਗਾ ਦੇ ਨਾਲ ਮਹਾਪੁਰਸ਼ਾਂ ਦੀ ਸੰਗਤ ਸਿੱਖ ਨੂੰ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਸੰਤਾ ਮਹਾਪੁਰਸ਼ਾਂ ਬਾਬਦ ਕਥਨ ਕਰਦੇ ਨੇ। ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲ ਅਸੰਤ ਮਸਟ ਕਰ ਰਹੀ ਆ ਕਹਿੰਦੇ ਜਦੋਂ ਕਿਸੇ ਸੰਤਾਂ ਦੇ ਨਾਲ ਮੁਲਾਪ ਹੋਵੇ ਉਹਨਾਂ ਦੇ ਨਾਲ ਕੁਝ ਬਚਨ ਸਾਂਝੇ ਕਰਨੇ ਚਾਹੀਦੇ ਨੇ ਕੁਝ ਗੱਲਾਂ ਕਰਨੀਆਂ ਚਾਹੀਦੀਆਂ ਨੇ ਕੁਝ ਸੁਣਨਾ ਚਾਹੀਦਾ ਤੇ ਕੁਝ ਕਹਿਣਾ ਵੀ ਚਾਹੀਦਾ ਕਹਿਣਾ ਕੀ ਹੈ ਜੋ ਸਾਡੇ ਮਨ ਅੰਦਰ ਭਰਮ ਹੋਵੇ ਮਹਾਪੁਰਸ਼ਾਂ ਦੇ ਤਾਈਂ ਉਹਨਾਂ ਭਰਮਾਂ ਨੂੰ ਬਿਆਨ ਕਰਨਾ ਚਾਹੀਦਾ ਹੈ ਤੇ ਮਹਾਪੁਰਸ਼ ਜਿਹੜੇ ਨੇ ਉਹ ਭਰਮ ਤੋਂ ਨਿਵਰਤ ਕਰ ਦਿੰਦੇ ਨੇ ਦੂਰ ਕਰ ਦਿੰਦੇ ਆ ਭਰਮ ਤੇ ਗੁਰੂ ਕੇ ਪਿਆਰਿਓ ਕਹਿੰਦੇ ਜੇ ਅਸੰਤ ਮਿਲ ਪਵੇ ਜਿਸ ਦੀ ਭਾਵਨਾ ਨਹੀਂ ਗੁਰੂ ਦੇ ਨਾਲ ਪ੍ਰੀਤੀ ਨਹੀਂ ਰੱਬ ਦੇ ਨਾਲ ਸੁਰਤੀ ਨਹੀਂ ਜੋੜਦਾ ਕਹਿੰਦੇ ਜੇ ਉਹ ਮਿਲ ਪਵੇ ਤੇ ਫੇਰ ਮਨੁੱਖ ਮਸਤ ਹੋ ਕਰਕੇ ਰਵੇ ਨਾ ਉਸ ਦੇ ਨਾਲ ਬੋਲੇ ਤੇ ਨਾ ਉਸ ਦੀਆਂ ਗੱਲਾਂ ਨੂੰ ਸਰਵਣ ਕਰੇ ਹੁਣ ਗੁਰੂ ਕੇ ਪਿਆਰਿਓ ਇਹਨਾਂ ਦੋਵਾਂ ਗੱਲਾਂ ਦੇ ਵਿੱਚ ਫਰਕ ਕੀ ਹੈ ਸਤਿਗੁਰੂ ਜੀ ਕਹਿੰਦੇ ਭਗਤਾ ਤੈ ਸਹਸਾਰੀਆ ਜੋੜ ਕਦੇ ਨ ਆਇਆ ਜਿਹੜੇ ਭਗਤ ਜਨ ਹੋਣ ਤੇ ਸੰਸਾਰੀ ਮਨੁੱਖ ਹੋਣ ਕਦੇ ਇਹਨਾਂ ਦਾ ਜੋੜ ਭਾਵ ਕੇ ਰਹਿ ਨਹੀਂ ਬਣਾਉਂਦੀ ਕਿਉਂ ਨਹੀਂ ਆਉਂਦੀ ਇਹਨਾਂ ਦਾ ਸੁਭਾਅ ਵੱਖੋ ਵੱਖ ਹੈ ਗੁਰੂ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਭਗਤਾ ਨੇ ਉਚਾਰਨ ਕੀਤਾ ਕਹਿੰਦੇ ਰਾਜਨ ਕਮਨ ਤੁਮਾਰੇ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ ਭਗਵਾਨ ਕ੍ਰਿਸ਼ਨ ਜੀ ਇੱਕ ਵਾਰਾ ਦੁਰਯੋਧਨ ਦੇ ਕੋਲ ਜਾਣ ਲੱਗੇ ਜਿਸ ਵੇਲੇ ਜਾਣ ਲੱਗੇ ਹੁਣ ਸਮੇ ਦੇ ਅਵਤਾਰ ਸਨ ਜਾਣੀ ਜਾਣ ਸਨ ਦੁਰਯੋਦਨ ਦੀ ਵੇਖੀ ਐ ਹਿਰਦੇ ਅੰਦਰ છાਤੀ ਮਾਰ ਕੇ ਕਿ ਇਸ ਅੰਦਰ ਕੋਈ ਭਾਵਨਾ ਨਹੀਂ ਤੇ ਗੁਰੂ ਕੇ ਪਿਆਰਿਓ ਰਾਹ ਦੇ ਵਿੱਚ ਬਿਦਰ ਦਾ ਘਰ ਆਉਂਦਾ ਸੀ ਜਿਹੜਾ ਗਰੀਬ ਸੀ ਭਾਵਨਾ ਵਾਲਾ ਸੀ ਸੰਤ ਬਿਰਤੀ ਨੂੰ ਰੱਖਦਾ ਸੀ ਭਗਵਾਨ ਜੀ ਬਿਦਰ ਦੇ ਘਰ ਚਲੇ ਗਏ ਬੜਾ ਹੀ ਸਤਕਾਰ ਮਿਲਿਆ ਬੜਾ ਹੀ ਪਿਆਰ ਮਿਲਿਆ ਹੁਣ ਕਿਉਂ ਗੁਰੂ ਕੇ ਪਿਆਰਿਓ ਕਹਿੰਦੇ ਗੋਬਿੰਦ ਭਾਉ ਭਗਤ ਕਾ ਭੁੱਖਾ ਜਿਹੜਾ ਪ੍ਰਮਾਤਮਾ ਉਹਨਾਂ ਨੂੰ ਸੋਹਣੇ ਸਜੇ ਬੈੱਡ ਨਹੀਂ ਚਾਹੀਦੇ। ਪ੍ਰਮਾਤਮਾ ਨੂੰ ਮਾਇਆ ਨਹੀਂ ਚਾਹੀਦੀ, ਸੁੰਦਰ ਭੋਜਨ ਛਕਣ ਦੇ ਲਈ ਨਹੀਂ ਚਾਹੀਦੇ। ਉਸ ਨੂੰ ਕੇਵਲ ਪਿਆਰ ਚਾਹੀਦਾ। ਹੁਣ ਬਿਦਰ ਦੇ ਘਰ ਪਹੁੰਚੇ ਨੇ, ਬਿਦਰ ਘਰ ਨਹੀਂ ਉਸ ਦੇ ਘਰ ਵਾਲੀ ਘਰ ਹੈ। ਇਤਨਾ ਪਿਆਰ ਮਨ ਦੇ ਵਿੱਚ ਬਣਿਆ ਹੋਇਆ ਹੈ। ਕੇਲੇ ਲਿਆਂਦੇ ਨੇ ਭਗਵਾਨ ਨੂੰ ਛਕਾਉਣ ਦੇ ਲਈ। ਤੇ ਗੁਰੂ ਕੇ ਪਿਆਰਿਓ ਕੇਲੇ ਨੂੰ ਛਿਲਦੀ ਹੈ, ਗੁੱਦਾ ਸੁੱਟੀ ਜਾਂਦੀ ਤੇ ਛਿਲੜ ਭਗਵਾਨ ਨੂੰ ਫੜਾ ਦਿੱਤੇ। ਹੁਣ ਉੱਥੇ ਭਾਵਨਾ ਦੀ ਗੱਲ ਹੈ ਭਗਵਾਨ ਨੇ ਛਿਲੜੀ ਖਾਣੇ ਸ਼ੁਰੂ ਕਰ ਦਿੱਤੇ ਦੇ ਕੈਸੀ ਭਾਵਨਾ ਉਹ ਭਗਵਾਨ ਦੇ ਦਰਸ਼ਨ ਕਰਦੀ ਐ ਉਸ ਨੂੰ ਪਤਾ ਹੀ ਨਹੀਂ ਕਿ ਮੈਂ ਕੀ ਕਰਦੀ ਪਈ ਆ ਪਰ ਭਗਵਾਨ ਪਿਆਰ ਦੇ ਵਿੱਚ ਆਏ ਛਿਲੜ ਖਾਈ ਜਾ ਰਹੇ ਨੇ ਦਰਬਿਦਰ ਆ ਗਿਆ ਜਿਸ ਵੇਲੇ ਬਿਦਰ ਆਇਆ ਤੇ ਪਿਆਰਿਓ ਆ ਕਰਕੇ ਆਪਣੀ ਘਰਵਾਲੀ ਨੂੰ ਆਵਾਜ਼ ਦਿੱਤੀ ਉਸ ਨੂੰ ਹੋਸ਼ ਆਈ ਪਿਆਰ ਦੇ ਵਿੱਚੋਂ ਭਾਵਨਾ ਵਿੱਚੋਂ ਕੁਝ ਸਮਾਂ ਜਿੱਥੇ ਸੋਨ ਹੋ ਗਈ ਸੀ ਉੱਥੋਂ ਗੁਰੂ ਕੇ ਪਿਆਰਿਓ ਹੋਸ਼ ਆਈ ਐ ਉਸੇ ਵੇਲੇ ਸੁਧ ਕੀਤੀ ਐ ਦੌੜ ਕਰਕੇ ਚੱਲੇ ਗਈ ਭਗਵਾਨ ਕੋਲੋਂ ਹੁਣ ਗੁਰੂ ਕੇ ਪਿਆਰਿਓ ਸੰਧਿਆ ਦਾ ਸਮਾਂ ਹੋਇਆ ਲੰਗਰ ਪ੍ਰਸ਼ਾਦੇ ਦਾ ਟਾਈਮ ਬਿਦਰ ਘਰ ਵਾਲੀ ਨੂੰ ਕਹਿੰਦਾ ਐ ਕਿ ਭੋਜਨ ਹੁਣ ਮੈਂ ਤਿਆਰ ਕਰਨਾ ਕਹਿੰਦਾ ਤੂੰ ਪਹਿਲਾਂ ਅਵਗਿਆ ਕਰ ਦਿੱਤੀ ਛਿੱਲੜ ਰੱਬ ਨੂੰ ਖਵਾ ਦਿੱਤੇ ਚੰਗਾ ਨਹੀਂ ਕੀਤਾ ਹੁਣ ਮੈਂ ਭੋਜਨ ਤਿਆਰ ਕਰਾਂਗਾ ਤੂੰ ਨੇੜੇ ਨਾ ਆਈਂ ਹੁਣ ਗੁਰੂ ਕੇ ਪਿਆਰਿਓ ਸਾਗ ਬਣਾਇਆ ਹੁਣ ਸਾਗ ਦੇ ਵਿੱਚ ਪੱਤੇ ਪਾਈ ਦੇ ਨੇ ਬਿਦਰ ਨੇ ਡੰਡਲ ਪਾ ਦਿੱਤੇ ਕਿਉ ਪਿਆਰ ਦੇ ਵਿੱਚ ਵੱਧਾ ਹੋਇਆ ਸੁਰਤੀ ਟਿੱਕੀ ਹੋਈ ਐ ਦੁਨਿਆਵੀ ਗਿਆਨ ਤੋਂ ਪਰਾ ਹੋ ਗਿਆ ਡੰਡਲ ਪਾ ਦਿੱਤੇ ਤੇ ਗੁਰੂ ਕੇ ਪਿਆਰੇ ਸਾਗ ਦੇ ਅੰਦਰ ਲੂਣ ਵੀ ਨਾ ਪਾਇਆ ਕੋਈ ਲੂਣ ਨਾ ਪਾਇਆ ਕੋ ਮਿਰਚ ਨਾ ਪਾਈ ਇਸੇ ਤਰ੍ਹਾਂ ਭਗਵਾਨ ਨੂੰ ਸਾਗ ਖਵਾ ਦਿੱਤਾ ਭਗਵਾਨ ਨੇ ਛਕ ਲਿਆ ਕਿਉਂ ਸਤਗੁਰਾਂ ਦੀ ਗੁਰਬਾਣੀ ਕਹਿੰਦੀ ਐ ਨਾ ਗੋਬਿੰਦ ਭਾਉ ਭਗਤ ਖਾ ਭੁਖਾ ਤੇ ਹੁਣ ਗੁਰੂ ਕੇ ਪਿਆਰੇ ਅਗਲਾ ਦਿਨ ਆਇਆ ਵਿਦਰ ਦੇ ਕੋਲੋਂ ਚੱਲ ਕਰਕੇ ਭਗਵਾਨ ਜੀ ਦੁਰਯੋਧਨ ਕੋਲ ਚਲੇ ਗਏ ਉਸ ਵੇਲੇ ਸਭਾ ਦੇ ਵਿੱਚ ਉੱਠ ਕਰਕੇ ਦੁਰਯੋਧਨ ਕਹਿੰਦਾ ਕਿ ਭਗਵਾਨ ਕਲ ਮੈਂ ਤੁਹਾਡੀ ਉਡੀਕ ਕਰਦਾ ਸੀ ਤੁਸੀਂ ਮੇਰੇ ਪਾਸ ਆਏ ਨਹੀਂ ਕੀ ਗੱਲ ਬਣੀ ਤੁਸੀਂ ਬਿਦਰ ਦੇ ਕੋਲ ਚਲੇ ਗਏ ਤੁਹਾਡੇ ਵਾਸਤੇ ਮੈਂ ਖੀਰ ਬਣਵਾਈ ਸੀ ਸੋਹਣੇ ਪਕਵਾਨ ਤਿਆਰ ਕਰਵਾਏ ਸਨ ਉਸ ਵੇਲੇ ਭਗਤ ਜੀ ਇਹ ਗੁਰਬਾਣੀ ਉਚਾਰਨ ਕਰਦੇ ਨੇ ਕਹਿੰਦੇ ਰਾਜਨ ਕੌਣ ਤੁਮਾਰੇ ਆਵੇ ਕਹਿੰਦੇ हे ਰਾਜਨ ਤੇਰੇ ਕੋਲ ਕੌਣ ਆਵੇ ਐਸੋ ਭਾਵ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਕਹਿੰਦੇ ਬਿਦਰ ਦੀ ਭਾਵਨਾ ਮੈਂ ਐਸੀ ਤੱਕੀ ਐ ਉਹ ਗਰੀਬ ਮੈਨੂੰ ਚੰਗਾ ਲੱਗਣ ਲੱਗ ਪਿਆ ਹੁਣ ਤੇਰੀ ਭਾਵਨਾ ਕਿਉਂ ਨਹੀਂ ਕਿਉਂ ਭਗਵਾਨ ਜਦੋਂ ਆਉਣ ਲੱਗੇ ਵਿਦਰਨੇ ਤੇ ਬੜਾ ਸਤਕਾਰ ਕੀਤਾ ਪਰ ਜਿਹੜਾ ਦੁਰਯੋਧਨ ਸੀ ਇਸ ਦੇ ਮਨ ਅੰਦਰ ਆਇਆ ਕਿ ਸਮੇ ਦਾ ਅਵਤਾਰ ਹੈ ਉੱਠ ਕਰਕੇ ਸਭਾ 'ਚ ਖਲੋਣਾ ਪਵੇਗਾ ਤੇ ਮੇਰੀ ਹਾਨੀ ਹੋਵੇਗੀ ਤੇ ਇਸ ਲਈ ਆਪਣੇ ਤਵੇਲਿਆਂ ਵਿੱਚ ਚਲਾ ਗਿਆ ਹਾਥੀ ਤੇ ਚੜ੍ਹ ਕਰਕੇ ਜੇ ਭਗਵਾਨ ਆਉਣਗੇ ਤਵੇਲੇ ਦੇ ਅੰਦਰ ਮੈਂ ਹਾਥੀ ਤੇ ਖਲੋ ਜਾਵਾਂਗਾ ਤਾਂ ਵੀ ਉੱਚਾ ਰ੍ਹਾਂਗਾ ਆਪਣੇ ਆਪ ਨੂੰ ਉੱਚਾ ਜਣਾਇਆ ਭਗਰ ਜੀ ਕਥਨ ਕਰਦੇ ਨੇ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਆਪਣੇ ਸਤਬਲਾਂ ਨੂੰ ਵੇਖ ਕਰਕੇ ਸੋਹਣੇ ਮਹਿਲਾਂ ਨੂੰ ਵੇਖ ਕਰਕੇ ਆਪਣੀਆਂ ਫੌਜਾਂ ਤੇ ਮਾਣ ਕਰਦਾ ਹੋਇਆ ਭਰਮ ਦੇ ਵਿੱਚ ਭੁੱਲੇ ਹੋਏ ਨੇ ਭਗਵਾਨ ਨੂੰ ਨਹੀਂ ਜਾਣਿਆ ਫਿਰ ਕਹਿੰਦੇ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰਮੈ ਮੰਨਿਆ ਕਹਿੰਦੇ ਤੂੰ ਜੇ ਦੁੱਧ ਰੱਖਿਆ ਸੀ ਮੇਰੇ ਲਈ ਜਿਹੜਾ ਮੈਂ ਬਿਦਰ ਕੋਲੋਂ ਜਲ ਛਕਿਆ ਨਾ ਪਾਣੀ ਪੀਤਾ ਉਹ ਮੈਨੂੰ ਅੰਮ੍ਰਿਤ ਵਰਗਾ ਲੱਗਿਆ ਫਿਰ ਕਹਿੰਦੇ ਜੇ ਤੂੰ ਖੀਰਾ ਬਣਾਈਆਂ ਸਨ ਖੀਰ ਮੈਂ ਉੱਥੇ ਵੀ ਖਾਧੀ ਐ ਖੀਰ ਸਮਾਨ ਸਾਗ ਮੈਂ ਪਾਇਆ ਕਹਿੰਦੇ ਖੀਰ ਵਰਗਾ ਸਾਗ ਖਾਦਾ ਕਿਉਂ ਖੀਰ ਮਿੱਠੀ ਹੁੰਦੀ ਐ ਹੁਣ ਉਧਰ ਸਾਗ ਦੇ ਵਿੱਚ ਲੂਣ ਹੈ ਨਹੀਂ ਸੀ ਭਾਵ ਕੇ ਮਿਠਾਸ ਉਹਨਾਂ ਦੇ ਪਿਆਰ ਦੀ ਸੀ ਕਹਿੰਦੇ ਉੱਥੇ ਵੀ ਮੈਨੂੰ ਖੀਰ ਹੀ ਮਿਲੀ ਐ ਖੀਰ ਸਮਾਨ ਸਾਗ ਮੈਂ ਪਾਇਆ ਗੁਨ ਗਾਵਤ ਰਹਿਨ ਬਿਹਾਨੀ ਕਹਿੰਦੇ ਇੱਥੇ ਸੌ ਕੇ ਰਾਤ گزارਨੀ ਸੀ ਉਥੇ ਪ੍ਰਮਾਤਮਾ ਦੀ ਬੰਦਗੀ ਕਰਦਿਆਂ ਹੋਇਆ ਰਾਤ ਨੰਗ ਗਈ ਕਬੀਰ ਕੋ ਠਾਕੁਰ ਅਨੰਦ ਮਨੋਦੀ ਜਾਤ ਨਾ ਕਾਹੋ ਕੀ ਮਾਨੇ ਕਹਿੰਦੇ ਜਿਹੜਾ ਠਾਕੁਰ ਹੈ ਨਾ ਪ੍ਰਮਾਤਮਾ ਉਹ ਕਿਸੇ ਉੱਚੇ ਨੀਵੇਂ ਨੂੰ ਨਹੀਂ ਵੇਖਦਾ ਕੇਵਲ ਭਗਤਾਂ ਦੇ ਵਿੱਚ ਤੇ ਜਿਹੜੇ ਦੁਨਿਆਵੀ ਲੋਕ ਨੇ ਇਹਨਾਂ ਦੇ ਨਾਲ ਪਰਮਾਤਮਾ ਜਿਹੜਾ ਥੋੜਾ ਧਿਆਨ ਰੱਖਦਾ ਹੈ ਭਗਤਾਂ ਦਾ ਬਹੁਤਾ ਧਿਆਨ ਰੱਖਦਾ ਤਾਂ ਸਰਗੁਰੂ ਜੀ ਕਹਿੰਦੇ ਸੰਤ ਮਿਲੇ ਕਿਛ ਸੁਨਿਆ ਕਹੀ ਹੈ ਕਹਿੰਦੇ ਪਿਆਰਿਓ ਜੇ ਕਿਤੇ ਸੰਤ ਮਿਲ ਜਾਣ ਮਹਾਂਪੁਰਸ਼ਾਂ ਦੇ ਨਾਲ ਟੱਕਰਾ ਹੋਵੇ ਕੁਝ ਬਚਨ ਕਰਨੇ ਚਾਹੀਦੇ ਨੇ ਤੇ ਸੁਣਨੇ ਚਾਹੀਦੇ ਹੁਣ ਜੇ ਕੋਈ ਕਵੇ ਕਿ ਇਹਨਾਂ ਚੀਜ਼ਾਂ ਦਾ ਲਾਭ ਕੀ ਹੈ ਬਚਨ ਕਰਨ ਸੁਣਨ ਦਾ ਲਾਭ ਕੀ ਹੋਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਹਿੰਦੇ ਵਿਕਾਰਾਂ ਦੇ ਨਾਲ ਇਹ ਸਰੀਰ ਰੂਪ ਨਗਰ ਭਰਿਆ ਹੋਇਆ ਪਰ ਜਿਸ ਵੇਲੇ ਸਾਧੂ ਦੇ ਨਾਲ ਮਲਾਪ ਹੋਵੇਗਾ ਇਹ ਸਾਰੇ ਵਿਕਾਰ ਖੰਡ ਖੰਡ ਹੋ ਜਾਣਗੇ ਇਹ ਸਾਰੇ ਖਤਮ ਹੋ ਜਾਣਗੇ ਮਿਲ ਸਾਧੂ ਖੰਡਲ ਖੰਡਾ ਹੈ ਕਹਿੰਦੇ ਸਾਰੇ ਵਿਕਾਰ ਦੂਰ ਹੋ ਜਾਣਗੇ ਐਸੀ ਕਿਰਪਾ ਹੋਵੇਗੀ ਪਰ ਕਿਰਪਾ ਤਾਂ ਹੋਣੀ ਹੈ ਜੇ ਸਾਧੂ ਦੇ ਨਾਲ ਮਲਾਪ ਹੋਵੇਗਾ ਫਿਰ ਕਈ ਗੁਰੂ ਕੇ ਸਿੱਖ ਤਰਕ ਕਰਦੇ ਨੇ ਕਿ ਮੱਥਾ ਨਹੀਂ ਟੇਕਣਾ ਸੰਤਾਂ ਮਹਾਪੁਰਸ਼ਾਂ ਨੂੰ ਪਰ ਹੁਣ ਗੁਰਬਾਣੀ ਕਹਿੰਦੀ ਹੈ ਕਹਿੰਦੀ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਹਿੰਦੇ ਪਿਆਰਿਆ ਜੇ ਕਿਤੇ ਤੂੰ ਦੂਰ ਖੜਾ ਹੈ ਸੰਤ ਕੁਝ ਦੂਰੀ ਤੇ ਨੰਗ ਰਹੇ ਨੇ ਵਾਹਪੁਰਸ਼ਾਂ ਦਾ ਜਥਾ ਨੰਗਦਾ ਹੈ ਤੂੰ ਉਹਨਾਂ ਨੂੰ ਵੇਖ ਲੈ ਤੇ ਕਰ ਅੰਜਲੀ ਅੰਜਲੀ ਹੁੰਦਾ ਦੋਵੇਂ ਹੱਥ ਜੋੜ ਕਰਕੇ ਕਹਿੰਦੇ ਦੋਵੇਂ ਹੱਥ ਜੋੜ ਲੈ ਜੋੜ ਕਰਕੇ ਮੱਥੇ ਦੇ ਨਾਲ ਲਾ ਲੈ ਦੋਹਾਂ ਨਮਸਕਾਰ ਕਰ ਕਹਿੰਦੇ ਜੇ ਤੇਰੀ ਭਾਵਨਾ ਹੋਰ ਵੱਧਦੀ ਹੈ ਨਾ ਕਰ ਡੰਡੌ ਤੁਪਨ ਵੱਡਾ ਹੈ ਕਹਿੰਦੇ ਜੇ ਹੋਰ ਭਾਵਨਾ ਬਣਦੀ ਹੈ ਤੇ ਉੱਥੇ ਲੰਮੇ ਪੈ ਕਰਕੇ ਨਮਸਕਾਰ ਕਰ ਲੈ ਕਿਉਂ ਇਹ ਸਰੀਰ ਹੈ ਗੁਰੂ ਕੇ ਪਿਆਰੋ ਮਿੱਟੀ ਨੇ ਇੱਕ ਦਿਨ ਮਿੱਟੀ ਹੋ ਜਾਣਾ ਮਹਾਪੁਰਸ਼ਾਂ ਨੂੰ ਨਮਸਕਾਰ ਕਰਦਿਆਂ ਇਹ ਭਾਵਨਾ ਨਹੀਂ ਰੱਖਣੀ ਚਾਹੀਦੀ ਕਿ ਲੀੜੇ ਗੰਦੇ ਹੋਣਗੇ ਘੱਟਾ ਮਿੱਟੀ ਲੱਗੇਗਾ ਇਹੋ ਜੀ ਕੋਈ ਗੱਲ ਨਹੀਂ ਕਿਉਂ ਜਿਹੜੇ ਮਹਾਪੁਰਸ਼ ਨੇ ਉਹ ਰੱਬ ਦਾ ਰੂਪ ਹੋਇਆ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਕਰ ਸਾਧੂ ਅੰਜਲੀ ਪੁਣ ਵੱਡਾ ਹੈ ਕਰ ਡੰਡਾਤ ਪੁਣ ਵੱਡਾ ਹੈ ਕਹਿੰਦੇ ਜਿਹੜਾ ਡੰਡੇ ਵੱਤ ਲੰਮੇ ਪੈ ਕਰਕੇ ਨਮਸ਼ਕਾਰ ਕਰੇ ਉਸ ਦੀਆਂ ਵੀ ਕਿਆ ਬਾਤਾਂ ਉਸ ਨੂੰ ਵੀ ਬਹੁਤੇ ਭਾਗ ਲੱਗਦੇ ਨੇ ਹੁਣ ਗੁਰੂ ਕੇ ਪਿਆਰੇ ਇਹ ਤੇ ਹੋਈ ਸੰਤਾਂ ਦੀ ਕੀਰਤੀ ਸੰਤਾਂ ਦਾ ਜਸ ਹੁਣ ਕਹਿੰਦੇ ਕਿਹੜਾ ਦੂਸਰਾ ਸਾਖਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰਾ ਹਉਮੈ ਕੰਡਾ ਹੈ ਕਹਿੰਦੇ ਆ ਸੰਤ ਕੀ ਹੁੰਦਾ ਜਿਹੜਾ ਸਾਖਤ ਪੁਰਸ਼ ਹੋਵੇ ਜਿਹੜਾ ਵਿਕਾਰੀ ਹੋਵੇ ਜਿਹੜੇ ਹਰੀ ਦੇ ਨਾਮ ਦੇ ਰਸ ਨੂੰ ਨਹੀਂ ਜਾਣਦਾ ਉਹ ਗੁਰੂ ਕੇ ਪਿਆਰਿਓ ਹੰਕਾਰੀ ਹੁੰਦਾ ਹੈ ਹੰਕਾਰ ਰੂਪ ਕੰਡਾ ਹੁੰਦਾ ਉਸ ਦੇ ਸ਼ਰੀਰ ਅੰਦਰ ਜਿਉਂ-ਜਿਉਂ ਚਲੈ ਚੁਬੈ ਦੁਖ ਪਾਵਹਿ ਜਮਕਾਲ ਸਹ ਹੈ ਸਿਰ ਡੰਡਾ ਹੈ ਕਹਿੰਦੇ ਜਿਉਂ-ਜਿਉਂ ਅਗਾ ਵਧਦਾ ਜਾਂਦਾ ਹੈ ਨਾ ਉਮਰ ਨੰਗਦੀ ਹੈ ਉਸ ਨੂੰ ਕੰਡਾ ਚੁਬਦਾ ਹੈ ਹੰਕਾਰ ਤੰਗ ਕਰਦਾ ਹੈ ਅਖੀਰੀ ਜਮਾ ਦੀ ਮਾਰ ਨੂੰ ਸਹਾਰਦਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸੰਤ ਮਿਲੈ ਕਿਛ ਸੁਨਿਆ ਕਹੀ ਹੈ ਪਿਆਰਿਓ ਜੇ ਕਿਤੇ ਸੰਤਾਂ ਦੇ ਨਾਲ ਮਲਾਪ ਹੋਵੇ ਕੁਝ ਬਚਨ ਉਹਨਾਂ ਦੇ ਨਾਲ ਸਾਂਝੇ ਕਰਨੇ ਚਾਹੀਦੇ ਨੇ ਮਿਲੇ ਅਸੰਤ ਮਸਤ ਕਰ ਰਹੀ ਹੈ ਕਈ ਕਹਿ ਦਿੰਦੇ ਨੇ ਕਿ ਮੇਰੀ ਤੇ ਕਿਤੇ ਸੰਤਾਂ ਦੇ ਨਾਲ ਗੱਲਬਾਤ ਹੀ ਨਹੀਂ ਹੁੰਦੀ ਦੁਨਿਆਵੀ ਕੰਮ ਨਹੀਂ ਪੂਰੇ ਹੁੰਦੇ ਪਰ ਸਤਗੁਰਾਂ ਨੇ ਝੁਗਤੀ ਬਖਸ਼ੀ ਹੈ ਕਹਿੰਦੇ ਸ਼ਾਂਤ ਹੋ ਜਾ ਜੇ ਦੁਨੀਆਂ ਦਾ ਮਨੁੱਖ ਤੈਨੂੰ ਪਟਕਾਉਂਦਾ ਚੁੱਪ ਹੋ ਜਾ ਫਿਰ ਕਹਿੰਦੇ ਬਾਬਾ ਬੋਲ ਨਾ ਕਿਆ ਕਹੀ ਹੈ ਸਵਾਲ ਕੀਤਾ ਕਹਿੰਦੇ ਸੰਤਾਂ ਦੇ ਨਾਲ ਕਿਹੋ ਜੀ ਗੱਲ ਕਰੀਏ ਕੀ ਬਚਨ ਕਰਨੇ ਚਾਹੀਦੇ ਆ ਸਤਿਗੁਰੂ ਜੀ ਕਹਿੰਦੇ ਜੈਸੇ ਰਾਮ ਨਾਮ ਰਵ ਰਹੀ ਹੈ ਸੰਤਾਂ ਦੇ ਨਾਲ ਤੇ ਇੱਕੋ ਹੀ ਗੱਲ ਹੋ ਸਕਦੀ ਹੈ ਜਿਸ ਗੱਲ ਦੇ ਨਾਲ ਜਿਨ੍ਹਾਂ ਬਚਨਾਂ ਦੇ ਨਾਲ ਪ੍ਰਮਾਤਮਾ ਦੇ ਤਾਂ ਹੀ ਜੁੜੀਦਾ ਹੈ ਐਸੀਆਂ ਗੱਲਾਂ ਕਰਿਆ ਕਰ ਹੁਣ ਕਹਿੰਦੇ ਸੰਤਾਂ ਦੇ ਨਾਲ ਗੱਲ ਕਰਨ ਵਾਲਾ ਕੌਣ ਹੁੰਦਾ ਹੈ ਸੰਤਨ ਸਿਉ ਬੋਲੇ ਉਪਕਾਰੀ ਮੂਰਗ ਸਿਉ ਬੋਲੇ ਝੱਖ ਮਾਰੀ ਕਹਿੰਦੇ ਸੰਤਾਂ ਮਹਾਪੁਰਸ਼ਾਂ ਦੇ ਨਾਲ ਉਪਕਾਰੀ ਪੁਰਸ਼ ਬੋਲਦਾ ਹੈ ਜਿਹੜਾ ਉਪਕਾਰੀ ਹੋਵੇ ਨਾ ਚੰਗੇ ਗੁਣਾ ਵਾਲਾ ਹੋਵੇ ਚੰਗੇ ਸੁਭਾਅ ਵਾਲਾ ਹੋਵੇ ਉਹ ਸੰਤਾਂ ਦੇ ਨਾਲ ਮਿਲਦਾ ਹੈ ਸੰਤਾਂ ਦੇ ਨਾਲ ਬਚਨ ਬਲਾਸ ਕਰਦਾ ਹੈ ਫਿਰ ਕਹਿੰਦੇ ਮੂਰਖ ਸਿਓ ਬੋਲੇ ਝੱਖ ਮਾਰੀ ਕਹਿੰਦੇ ਜਿਹੜਾ ਮੂਰਖ ਦੇ ਨਾਲ ਬੋਲਦਾ ਹੈ ਉਹ ਤੇ ਮੂਰਖ ਹੀ ਹੁੰਦਾ ਹੈ ਕਿਉਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮੂਰਖ ਹੋਵੇ ਸੋ ਸੁਣਾ ਮੂਰਖ ਕਾ ਕਹਿਣਾ ਕਹਿੰਦੇ ਜਿਹੜਾ ਮੂਰਖ ਹੋਵੇ ਨਾ ਉਹੋ ਹੀ ਮੂਰਖ ਦੇ ਆਖੇ ਲੱਗਿਆ ਕਰਦਾ ਮੂਰਖ ਕੀ ਕੀ ਲਖਣ ਹੈ ਕੀ ਮੂਰਖ ਕਾ ਕਹਿਣਾ ਕਹਿੰਦੇ ਉਹਦੇ ਲਖਣ ਕੀ ਦਸੀ ਹੈ ਹੰਕਾਰੀ ਹੁੰਦਾ ਹੈ ਵਿਕਾਰੀ ਹੁੰਦਾ ਹੈ ਕਰੋਧੀ ਹੁੰਦਾ ਹੈ ਇਹੋ ਜੇ ਔਗਣਾ ਦੇ ਨਾਲ ਮੂਰਖ ਜਿਹੜਾ ਭਰਿਆ ਹੋਇਆ ਹੁੰਦਾ ਹੈ ਤਾਂ ਇਹ ਸਰਗੁਰੂ ਜੀ ਕਹਿੰਦੇ ਪੜ ਅਖਰੇ ਹੋ ਬੂਝੀਐ ਮੂਰਖ ਹੈ ਨਾਲ ਨਾਲ ਲੂਝੀਐ ਕਹਿੰਦੇ ਮੂਰਖ ਦੇ ਨਾਲ ਬਹੁਤੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਦਾ ਸਤਿਗੁਰੂ ਜੀ ਕਹਿੰਦੇ ਸੰਤਨ ਸਿਮ ਬੋਲੇ ਉਪਕਾਰੀ ਮੂਰਖ ਸਿਮ ਬੋਲੇ ਚਖ ਮਾਰੀ ਮੂਰਖ ਦੇ ਨਾਲ ਗੱਲ ਕਰਨੀ ਵਿਅਰਥ ਜਾਂਦੀ ਹੈ ਕਿਉਂ ਵਿਅਰਥ ਜਾਂਦੀ ਕਹਿੰਦੇ ਬੋਲਤ ਬੋਲਤ ਵੱਡੇ ਵਿਕਾਰਾ ਬਿਨ ਬੋਲੇ ਕੀ ਕਰੇ ਵਿਚਾਰਾ ਕਹਿੰਦੇ ਜੇ ਮੂਰਖ ਦੇ ਨਾਲ ਗੱਲਾਂ ਕਰੀਏ ਤੇ ਸਾਡੇ ਮਨ ਅੰਦਰ ਵਿਕਾਰ ਜਿਹੜੇ ਵੱਧਦੇ ਜਾਂਦੇ ਨੇ ਬਹੁਤ ਵਿਕਾਰ ਪੈਦਾ ਹੋ ਜਾਂਦੇ ਨੇ ਪਰ ਜੇ ਕਿਤੇ ਅਸੀਂ ਚੁੱਪੋ ਕਰਕੇ ਰਹਿ ਜਾਈਏ ਨਾ ਮੂਰਖ ਦੇ ਸਾਹਮਣੇ ਫੇਰ ਕੀ ਕਰ ਲਵੇਗਾ ਇੱਕ ਦੋ ਗੱਲਾਂ ਕਰੇਗਾ ਗਾਂ ਨੂੰ ਨੰਗ ਜਾਵੇਗਾ ਫੇਰ ਕੁਝ ਨਹੀਂ ਕਰ ਸਕਦਾ ਹੁਣ ਭਗਤ ਜਨ ਕਹਿੰਦੇ ਕਹੋ ਕਬੀਰ ਛੂਛਾ ਘਟ ਬੋਲੇ ਭਰਿਆ ਹੋਏ ਸੋ ਕਬਹੂ ਨਾ ਡੋਲੇ ਕਹਿੰਦੇ ਜਦੋਂ ਘੜਾ ਖਾਲੀ ਹੋਵੇ ਖਾਲੀ ਘੜੇ ਨੂੰ ਜੇ ਉਂਗਲ ਮਾਰ ਕਰਕੇ ਟਣਕਾ ਕੇ ਵੇਖੀਏ ਤੇ ਉਹ ਖੜਕਦਾ ਹੈ ਜੇ ਜੇ ਉਹ ਹੀ ਘੜਾ ਪਾਣੀ ਦੇ ਨਾਲ ਭਰਿਆ ਹੋਵੇ ਜੇ ਉਂਗਲ ਮਾਰਾਂਗੇ ਪਿਆਰਿਓ ਫਿਰ ਉਸ ਦੇ ਵਿੱਚੋਂ ਆਵਾਜ਼ ਨਹੀਂ ਆਵੇਗੀ ਕਿਉਂ ਭਰਿਆ ਹੋਇਆ ਕਹਿੰਦੇ ਜਿਹੜੇ ਮਹਾਪੁਰਸ਼ ਨੇ ਉਹ ਗਿਆਨ ਦੇ ਨਾਲ ਭਰੇ ਹੁੰਦੇ ਨੇ ਅੰਮ੍ਰਿਤਮਈ ਬਾਣੀ ਦੇ ਨਾਲ ਭਰੇ ਹੁੰਦੇ ਨੇ ਤੇ ਜਿਹੜਾ ਮੂਰਖ ਹੈ ਗੁਰੂ ਕੇ ਪਿਆਰਿਓ ਅਗਿਆਨਤਾ ਰੂਪ ਹਨੇਦੇ ਦੇ ਵਿੱਚ ਸਦਾ ਹੀ ਖਾਲੀ ਰਹਿੰਦਾ ਹੁਣ ਮਹਾਪੁਰਸ਼ ਭਰੇ ਹੋਏ ਨੇ ਗੁਰੂ ਕੇ ਪਿਆਰਿਓ ਦਾਵੀ ਗੁਣ ਆਉਂਦੇ ਨੇ ਮਹਾਪੁਰਸ਼ਾਂ ਦੇ ਅੰਦਰ ਜਿਸ ਵੇਲੇ ਇਹਨਾਂ ਗੁਣਾਂ ਨੂੰ ਧਾਰਨ ਕਰਦੇ ਨੇ ਮਹਾਪੁਰਸ਼ ਤੇ ਫਿਰ ਕਿਹੋ ਜੀ ਅਵਸਥਾ ਆਉਂਦੀ ਹੈ ਭਗਰਜਨ ਕਥਨ ਕਰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ हे ਪ੍ਰਮਾਤਮਾ ਤੇਰੇ ਅੰਦਰ ਤੇ ਮੇਰੇ ਅੰਦਰ ਕਿੰਨਾ ਕੁ ਫਰਕ ਹੈ ਕਹਿੰਦੇ ਕਿੰਨਾ ਕੁ ਭੇਦ ਹੈ ਕਹਿੰਦੇ ਕਨਕ ਟਕ ਟਕ ਜਲ ਤਰੰਗ ਜੈਸਾ ਕਹਿੰਦੇ ਜਿਵੇਂ ਇੱਕ ਸੋਨੇ ਦੀ ਕਣੀ ਹੋਵੇ ਤੇ ਇੱਕ ਪਾਸੇ ਸੋਨੇ ਦਾ ਪਹਾੜ ਹੋਵੇ ਇਹਨਾਂ ਕੋ فرق ਹੈ ਹੁਣ ਫਰਕ ਕੀ ਹੈ ਇਹਨਾਂ ਗੱਲਾਂ ਦੇ ਵਿੱਚ ਪਹਾੜ ਜਿਹੜਾ ਬਹੁਤਾ ਹੋਣ ਕਰਕੇ ਅਸੀਂ ਨਾਮ ਰੱਖ ਦਿੱਤਾ ਕਿਉਂ ਦੁਨੀਆ ਦੇ ਲੋਕਾਂ ਨੇ ਨਾਮ ਰੱਖਿਆ ਨਾਮ ਰੱਖ ਦਿੱਤਾ ਇਹ ਪਹਾੜ ਹੈ ਵਿਸ਼ਾਲ ਹੋਣ ਕਰਕੇ ਪਹਾੜ ਕਹਿ ਦਿੱਤਾ ਗਿਆ ਤੇ ਜਿਹੜਾ ਛੋਟਾ ਹੈ ਆਕਾਰ ਉਸ ਨੂੰ ਕਣੀ ਕਹਿ ਦਿੱਤਾ ਕਿ ਛੋਟਾ ਹੈ ਬਿਲਕੁਲੋਂ ਘਟ ਹੈ ਕਹਿੰਦੇ ਜੇ ਛੋਟੇ ਨੂੰ ਛੋਟਾ ਕਹਿਣੋਂ ਹਟ ਜਾਈਏ ਜੇ ਵੱਡੇ ਨੂੰ ਵੱਡਾ ਕਹਿਣੋਂ ਹਟ ਜਾਈਏ ਹੈ ਤੇ ਦੋਵੇਂ ਹੀ ਸੋਨੇ ਨਾ ਪਹਾੜ ਵੀ ਸੋਨੇ ਦਾ ਹੈ ਤੇ ਜਿਹੜੀ ਕਣੀ ਡਲੀ ਹੈ ਉਹ ਵੀ ਸੋਨੇ ਦੀ ਹੈ ਭਾਵੇਂ ਹੈ ਸ਼ੁੱਧ ਰੂਪ ਜੇ ਇਹ ਸਰੀਰ ਨੂੰ ਤਿਆਗ ਦੇਣ ਮਹਾਪੁਰਸ਼ਾਂ ਦੀ ਜਿਹੜੀ ਜੋਤ ਹੈ ਆਤਮਾ ਪਰਮਾਤਮਾ ਦਾ ਹੀ ਰੂਪ ਹੈ ਇਹ ਪਰਮਾਤਮਾ ਦਾ ਹੀ ਸਰੂਪ ਹੈ ਗੁਰੂ ਕੇ ਪਿਆਰਿਓ ਜਿਹੜੇ ਸੰਤ ਹੁੰਦੇ ਨੇ ਇਹ ਪ੍ਰਮਾਤਮਾ ਦਾ ਰੂਪ ਹੁੰਦੇ ਨੇ ਤਾਂ ਇਹ ਸਰਗੁਰੂ ਜੀ ਕਹਿੰਦੇ ਸੰਤਾ ਕੋ ਮਤ ਕੋਈ ਨਿੰਦਹੁ ਸੰਤ RAM ਹੈ ਏਕੋ ਕਹਿੰਦੇ ਪਿਆਰਿਓ ਸੰਤਾ ਮਹਾਪੁਰਸ਼ਾਂ ਦੀ ਕਦੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਸੰਤਾ ਮਹਾਪੁਰਸ਼ਾਂ ਦੇ ਸਦਾ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਮਹਾਪੁਰਸ਼ਾਂ ਤੋਂ ਸਦਾ ਉਪਦੇਸ਼ ਲੈਣਾ ਚਾਹੀਦਾ ਕਿਉ ਗੁਰੂ ਕੇ ਪਿਆਰਿਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਵਡਿਆਂ ਭਾਗਾ ਵਾਲੇ ਨੂੰ ਸੰਤਾ ਮਹਾਪੁਰਸ਼ਾਂ ਦੀ ਭੇਟ ਤਾ ਹੀ ਮਿਲਦੀ ਹੈ ਭਾਵ ਕੇ ਮਲਾਪ ਹੁੰਦਾ ਜਿਸ ਦੇ ਵੱਡੇ ਭਾਗ ਹੋਣ ਉਹ ਹੀ ਕੇਵਲ ਸੰਤਾ ਮਹਾਪੁਰਸ਼ਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਸਕਦਾ ਸੋ ਸਮੂਹ ਸੰਗਤਾਂ ਦੇ ਬਹੁਤ ਬਹੁਤ ਵੱਡੇ ਭਾਗ ਨੇ ਜੋ ਮਹਾਪੁਰਸ਼ਾਂ ਦੇ ਪਵਿੱਤਰ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤ ਨੇ ਉਪਰਾਲਾ ਕੀਤਾ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਇਸੇ ਤਰ੍ਹਾਂ ਮਹਾਪੁਰਸ਼ਾਂ ਦੇ ਪਰਿਵਾਰ ਨੇ ਤੇ ਪ੍ਰਬੰਧਕਾਂ ਨੇ ਗੁਰੂ ਕੇ ਪਿਆਰਿਓ ਜਿਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਕਾਰ ਕੀਤਾ ਸਤਿਗੁਰਾਂ ਪ੍ਰਤੀ ਭਾਵਨਾ ਜਿਹੜੀ ਪ੍ਰਗਟ ਕੀਤੀ ਹੈ ਸੋ ਦਾਸ ਇਹੋ ਹੀ ਅਰਦਾਸ ਕਰੇਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਦਾ ਹੀ ਆਪਣੇ ਸੇਵਕਾਂ ਦੇ ਕੋਲੋਂ ਆਪਣੀ ਸੇਵਾ ਲੈਦੇ ਰਹਿਣ ਸਦਾ ਹੀ ਗੁਰਸਿੱਖਾਂ ਨੂੰ ਸਮੂਹ ਸੰਗਤਾਂ ਨੂੰ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਇੱਥੇ ਦਾਸ ਨਾਲ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ